ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚੇ, ਤੁਹਾਨੂੰ ਪਤਾ ਅੱਜ ਹੋਲੇ ਮਹੱਲੇ ਦਾ ਤਿਉਹਾਰ ਹੈ। ਅੱਜ ਬਹੁਤ ਸਾਰੇ ਲੋਕ ਹੋਲੀ ਖੇਡ ਰਹੇ ਹੈ, ਪਰ ਸਿੱਖਾਂ ਦੇ ਲਈ ਇਹ ਹੋਲੇ ਮਹੱਲੇ ਦਾ ਤਿਉਹਾਰ ਹੈ। ਭਾਰਤ ਦੇਸ਼ ਦੇ ਵਿੱਚ ਇਹ ਬੜਾ ਪੁਰਾਣਾ ਰਵਾਇਤੀ ਤਿਉਹਾਰ ਜਿਹੜਾ ਹੋਲੀ ਚੱਲਦਾ ਆ ਰਿਹਾ, ਪਰ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਉਹਨਾਂ ਨੇ ਇਸ ਨੂੰ ਹੋਲੇ ਮਹੱਲੇ ਦੇ ਵਿੱਚ ਮਨਾਉਣ ਲਈ ਸਾਨੂੰ ਪ੍ਰੇਰਿਆ। ਹੋਲੇ ਮਹੱਲੇ ਦੇ ਰੂਪ ਦੇ ਵਿੱਚ ਉਹਨਾਂ ਨੇ ਕਿਹਾ, ਜਦੋਂ ਦੇਖਿਆ ਵੀ ਲੋਕ ਜਿਹੜੇ ਹੈ ਹੋਲੀ 'ਤੇ ਇੱਕ ਦੂਸਰੇ ਉੱਤੇ ਰੰਗ ਸੁੱਟਦੇ ਹੈ, ਗੰਦ ਮੰਦ ਵੀ ਸੁੱਟਣ ਲੱਗ ਜਾਂਦੇ ਹੈ, ਮਿੱਟੀ, ਘੱਟਾ, ਚਿੱਕੜ, ਤਾਂ ਹੋਰ ਇਸ ਤੋਂ ਇਲਾਵਾ ਨਸ਼ੇ ਕਰਦੇ ਹੈ, ਔਰ ਫਿਰ ਲੜਾਈਆਂ ਝਗੜੇ ਵੀ ਹੁੰਦੇ ਹੈ, ਤਾਂ ਗੁਰੂ ਸਾਹਿਬ ਨੂੰ ਚੰਗਾ ਨਹੀਂ ਲੱਗਿਆ। ਤਾਂ ਗੁਰੂ ਸਾਹਿਬ ਚਾਹੁੰਦੇ ਸੀ ਕਿ ਉਹਨਾਂ ਦੇ ਸਿੱਖ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਢਹਿੰਦੀਆਂ ਕਲਾ ਵਾਲੇ ਕਾਰਜ ਨਾ ਕਰਦੇ ਹੋਏ ਕੁਛ ਚੜ੍ਹਦੀਆਂ ਕਲਾ ਵਾਲੇ ਕਾਰਜ ਕਰਨ। ਤਾਂ ਉਸਨਾਂ ਨੇ ਇਸ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿੱਚ ਮਨਾਉਣ ਲਈ ਪ੍ਰੇਰਿਆ। ਅੱਛਾ, ਪਹਿਲਾਂ ਆਪਾਂ ਜਾਣਦੇ ਹਾਂ ਵੀ ਹੋਲੀ ਕਿਉਂ ਮਨਾਉਂਦੇ ਸੀ। ਹੋਲੀ ਜਿਹੜੀ ਹੈ ਉਹ ਇੱਕ ਭਗਤ ਪ੍ਰਹਿਲਾਦ ਦਾ ਨਾਮ ਤੁਸੀਂ ਸੁਣਿਆ ਹੋਏਗਾ, ਸਭ ਨੇ, ਬਾਣੀ ਦੇ ਵਿੱਚ ਵੀ ਆਉਂਦਾ। ਔਰ ਉਹ ਪ੍ਰਹਿਲਾਦ ਜਿਹੜਾ ਸੀ ਉਹ ਹਰਨਾਕਸ਼ ਇੱਕ ਹੰਕਾਰੀ ਰਾਜਾ ਸੀ, ਉਹਦਾ ਪੁੱਤਰ ਸੀ। ਉਹ ਜਿਹੜਾ ਬਾਦਸ਼ਾਹ ਸੀ ਉਹ ਚਾਹੁੰਦਾ ਸੀ ਕਿ ਉਹ ਆਪਣੇ ਆਪ ਨੂੰ ਈਸ਼ਵਰ ਕਹਾਉਂਦਾ ਸੀ, ਆਪਣੀ ਸਾਰੀ ਪ੍ਰਜਾ ਤੋਂ ਆਪਣੀ ਜੈ ਜੈਕਾਰ ਕਰਵਾਉਂਦਾ ਸੀ, ਔਰ ਚਾਹੁੰਦਾ ਸੀ ਕਿ ਉਹਦਾ ਜਿਹੜਾ ਬੇਟਾ ਹੈ ਉਹ ਵੀ ਇਸੇ ਤਰ੍ਹਾਂ ਮੈਨੂੰ ਈਸ਼ਵਰ ਮੰਨੇ ਅਤੇ ਮੇਰੀ ਜੈ ਜੈਕਾਰ ਕਰੇ। ਪਰ ਪ੍ਰਹਿਲਾਦ ਜਿਹੜਾ ਸੀ ਉਹ ਪਰਮਾਤਮਾ ਦਾ ਭਗਤ ਸੀ, ਤਾਂ ਉਹ ਚਾਹੁੰਦਾ ਸੀ ਕਿ ਮੈਂ ਪਰਮਾਤਮਾ ਦਾ ਨਾਮ ਜਪਾਂ। ਪਰ ਪ੍ਰਹਿਲਾਦ ਜਿਹੜਾ ਸੀ ਉਹ ਹਰਨਾਕਸ਼ ਜਿਹੜਾ ਸੀ ਉਹ ਇਸ ਤੋਂ ਦੁਖੀ ਸੀ, ਉਹਨੂੰ ਮਰਵਾਉਣਾ ਚਾਹੁੰਦਾ ਸੀ। ਉਹਨੇ ਯੋਜਨਾ ਬਣਾਈ ਕਿ ਇਹਨੂੰ ਖਤਮ ਕਰਤਾ ਜਾਏ ਤਾਂ ਕਿ ਪਰਜਾ ਜਿਹੜੀ ਆ ਉਹਦੇ 'ਤੇ ਇਹਦਾ ਅਸਰ ਨਾ ਪਵੇ। ਉਹਨੇ ਉਹਦੀਆਂ ਮਾਰਨ ਲਈ ਬੜੀਆਂ ਤਰਕੀਬਾਂ ਸੋਚੀਆਂ। ਕਦੀ ਉਹਨੂੰ ਨਦੀ ਵਿੱਚ ਸੁੱਟਿਆ, ਇੱਕ ਵਾਰ ਉਹਨੂੰ ਗਰਮ ਥੰਮ ਦੇ ਨਾਲ ਵੀ ਖੜਾ ਕੀਤਾ, ਪਰ ਉਹਨੂੰ ਪਰਮਾਤਮਾ ਨੇ ਕਹਿੰਦੇ ਆ ਕਿ ਕੀੜੇ ਦਾ ਰੂਪ ਧਾਰ ਕੇ ਬਚਾ ਲਿਆ। ਇਹ ਇੱਕ ਮਿਥਿਹਾਸਕ ਘਟਨਾ ਹੈ। ਔਰ ਇਸ ਤੋਂ ਬਾਅਦ ਉਸਨਾਂ ਨੇ ਕਿਹਾ ਕਿ ਉਹਨੇ ਆਪਣੀ ਭੈਣ ਦੀ ਮਦਦ ਲਈ ਹੋਲੀਕਾ, ਉਹਨੂੰ ਵਰਦਾਨ ਸੀ, ਉਹਦੇ ਇੱਕ ਦੁਸ਼ਾਲਾ ਸੀ ਉਹਦੇ ਕੋਲ, ਚਾਦਰ ਜਾਂ ਦੁਸ਼ਾਲਾ ਕਹਿ ਲਓ, ਕਿ ਉਹ ਜੇ ਪਾ ਕੇ ਅੱਗ ਦੇ ਵਿੱਚ ਬੈਠ ਜਾਵੇ ਤਾਂ ਉਹ ਸੜ ਨਹੀਂ ਸਕਦੀ। ਉਹਨੇ ਆਪਣੇ ਭਤੀਜੇ ਨੂੰ ਗੋਦ ਦੇ ਵਿੱਚ ਲਿਆ, ਅਤੇ ਉਹ ਹੋਇਆ ਕੀ ਕਿ ਇੱਕਦਮ ਤੇਜ਼ ਹਵਾ ਆਈ, ਉਹਦਾ ਜਿਹੜਾ ਦੁਸ਼ਾਲਾ ਸੀ ਉੱਡ ਗਿਆ, ਔਰ ਉਹਦੇ ਨਾਲ ਹੋਲੀਕਾ ਸੜ ਗਈ, ਪਰ ਜਿਹੜਾ ਸੀ ਭਗਤ ਪ੍ਰਹਿਲਾਦ ਉਹ ਬਚ ਗਿਆ। ਸੋ ਉਸ ਜਿਹੜੀ ਸੜਨ ਦੇ ਨਾਲ ਜਿਹੜੀ ਸਵਾਹ ਸੀ ਲੋਕਾਂ ਨੇ ਖੁਸ਼ੀ ਦੇ ਵਿੱਚ, ਕਿਉਂਕਿ ਲੋਕ ਵੀ ਦੁਖੀ ਸੀ ਹੰਕਾਰੀ ਰਾਜੇ ਤੋਂ, ਉਹਨਾਂ ਨੇ ਸਵਾਹ ਚੁੱਕ ਕੇ ਉਡਾਉਣੀ ਸ਼ੁਰੂ ਕਰ ਦਿੱਤੀ, ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ, ਅਤੇ ਉਸ ਦਿਨ ਤੋਂ ਇਹ ਹੋਲੀ ਦਾ ਤਿਉਹਾਰ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਇਹਦੇ ਪਿੱਛੇ ਇੱਕ ਲੌਜਿਕ ਹੈ ਕਿ ਸੱਚ ਦੀ ਜਿੱਤ ਔਰ ਹੰਕਾਰ ਦਾ ਖਾਤਮਾ, ਨੇਕੀ ਦੀ ਜਿੱਤ, ਬਦੀ ਦਾ ਖਾਤਮਾ, ਔਗਣਾਂ ਦਾ ਖਾਤਮਾ ਔਰ ਗੁਣਾਂ ਦੀ ਜਿੱਤ। ਸੋ ਇਹ ਜਿਹੜਾ ਲੌਜਿਕ ਸਾਨੂੰ ਮਿਲਿਆ, ਔਰ ਉਸ ਗੁਰੂ ਸਾਹਿਬ ਕਹਿੰਦੇ ਸੀ ਕਿ ਜਿਹੜੀ ਸਵਾਹ ਤੋਂ ਹੌਲੀ ਹੌਲੀ ਰੰਗ ਸ਼ੁਰੂ ਹੋਏ, ਲੋਕਾਂ ਨੇ ਰੰਗ ਆਪਣੇ ਉੱਪਰ ਸੁੱਟਣੇ ਸ਼ੁਰੂ ਕਰ ਦਿੱਤੇ, ਇੱਕ ਦੂਜੇ ਦੇ ਸੁੱਟਣੇ ਸ਼ੁਰੂ ਕਰਤੇ, ਆਪਾਂ ਉਹ ਸਾਰੇ ਰੰਗਾਂ ਨੂੰ ਖਤਮ ਕਰਕੇ ਇਸ ਤਰ੍ਹਾਂ ਦੇ ਤਿਉਹਾਰ ਨੂੰ ਆਪਾਂ ਸਰੀਰਕ ਰੂਪ ਦੇ ਵਿੱਚ ਮਨਾਈਏ। ਗੁਰੂ ਸਾਹਿਬ ਇਸ ਦਿਨ ਕੁਛ ਸਰੀਰਕ ਕਸਰਤਾਂ 'ਤੇ ਜ਼ੋਰ ਦਿੱਤਾ। ਦੋ ਸੈਨਿਕ ਟੁਕੜੀਆਂ ਬਣਾ ਲੈਂਦੇ ਸੀ ਔਰ ਉਹਨਾਂ ਦੀ ਨਕਲੀ ਜੰਗ ਕਰਵਾਉਂਦੇ ਸੀ, ਔਰ ਉਹ ਜਿਹੜੀ ਜਿੱਤਦਾ ਸੀ ਉਹਨੂੰ ਇਨਾਮ ਦਿੰਦੇ ਸੀ। ਤੋ ਇਸ ਤਰ੍ਹਾਂ ਉਹਨਾਂ ਨੇ ਪ੍ਰੇਰਿਆ ਆਪਣੇ ਸਿੰਘਾਂ ਨੂੰ ਕਿ ਖੇਡੋ ਔਰ ਆਪਣੇ ਸਰੀਰ ਨੂੰ ਮਜ਼ਬੂਤ ਬਣਾਓ। ਤੋ ਆਪਾਂ ਅੱਗੇ ਇਹ ਤਿਉਹਾਰ ਜਿਹੜਾ ਹਰ ਸੀਨੀਅਰ ਸੈਕੰਡਰੀ ਸਕੂਲ 'ਚ ਜਾਂ ਉਸ ਤੋਂ ਪਹਿਲਾਂ ਖਾਲਸਾ ਸਕੂਲ ਦੇ ਵਿੱਚ ਵੀ ਮਨਾਉਂਦੇ ਰਹੇ ਹਾਂ, ਪਰ ਇਸ ਵਾਰ ਕਿਉਂਕਿ ਇੱਕ ਪਾਬੰਦੀ ਲਾਈ ਗਈ ਹੈ ਕਰੋਨਾ ਕਰਕੇ, ਤਾਂ ਇਸ ਨੂੰ ਆਪਾਂ ਔਨਲਾਈਨ ਮਨਾਉਣਾ ਚਾਹੁੰਦੇ ਹਾਂ। ਤਾਂ ਆਪਾਂ ਚਾਹੁੰਦੇ ਹਾਂ ਕਿ ਇਹ ਜਿਹੜਾ ਇਤਿਹਾਸ ਤੁਹਾਨੂੰ ਪਤਾ ਲੱਗਿਆ, ਇੱਥੋਂ ਤੁਸੀਂ ਪ੍ਰੇਰਨਾ ਲੈ ਕੇ ਆਪਣੇ ਘਰਾਂ ਦੇ ਵਿੱਚ ਸਿਰਫ ਇੱਕ ਦਿਨ ਲਈ ਨਹੀਂ, ਰੋਜ਼ ਸਵੇਰੇ ਉੱਠ ਕੇ ਸਰੀਰਕ ਕਸਰਤ ਕਰੋ ਔਰ ਆਪਣੇ ਅੰਦਰ ਦੇਖੋ ਕਿ ਮੇਰੇ ਅੰਦਰ ਕਿੰਨੇ ਕੁ ਔਗਣ ਨੇ, ਕਿ ਮੈਂ ਸੱਚ ਬੋਲਦਾ ਜਾਂ ਕਿ ਮੈਂ ਕੋਈ ਹੋਰ ਹੰਕਾਰ ਹੈ ਮੇਰੇ ਅੰਦਰ, ਜਾਂ ਮੈਂ ਕੋਈ ਕਿਸੇ ਦੀ ਨਿੰਦਾ ਕਰਦਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਮੈਂ ਗਲਤ ਕੰਮ ਕਰਦਾ, ਤਾਂ ਮੈਂ ਆਪਣੇ ਅੰਦਰੋਂ ਉਹ ਔਗਣ ਕੱਢ ਕੇ ਗੁਣਾਂ ਵੱਲ ਚਲੇ ਜਾਵਾਂ। ਸੋ ਆਪਾਂ ਇਸ ਤਿਉਹਾਰ ਨੂੰ ਇਸ ਰੂਪ ਦੇ ਨਾਲ ਮਨਾਉਣਾ, ਆਪਣੇ ਅੰਦਰੋਂ ਔਗਣਾਂ ਨੂੰ ਕੱਢ ਕੇ ਗੁਣਾਂ ਨੂੰ ਅਪਣਾਉਣਾ, ਸਰੀਰਕ ਕਸਰਤਾਂ ਕਰਨੀਆਂ। ਸੋ ਹੋਲੇ ਮਹੱਲੇ ਦੀਆਂ ਸਾਰੇ ਬੱਚਿਆਂ ਨੂੰ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।